ਸਤਿ ਸ਼੍ਰੀ ਅਕਾਲ, ਨਮਸਕਾਰ, ਮੈਂ ਅਰਸ਼ਦੀਪ ਤੁਹਾਡੇ ਨਾਲ, ਅਤੇ ਤੁਸੀਂ ਸੋਚਣਾ ਕਿ ਅਰਸ਼ਦੀਪ ਇੰਨੇ ਟਾਈਮ ਤੋਂ ਕਿੱਥੇ ਗਾਇਬ ਸੀ? ਅਤੇ ਮੈਂ ਇੰਡੀਆ ਟ੍ਰਿਪ 'ਤੇ ਗਈ ਹੋਈ ਸੀ ਅਤੇ ਹਾਲ ਹੀ ਦੇ ਵਿੱਚ ਮੈਂ ਵਾਪਸ ਆਈ ਹਾਂ, ਪਰ ਮੈਨੂੰ ਵੀ ਸਾਰਿਆਂ ਦੀ ਤਰ੍ਹਾਂ ਸੈਲਫ ਆਈਸੋਲੇਸ਼ਨ ਦੇ ਲਈ ਕਿਹਾ ਗਿਆ ਕਿ ਆਪਣੇ ਆਪ ਨੂੰ ਤੁਸੀਂ ਆਈਸੋਲੇਟ ਕਰਕੇ ਰੱਖਣਾ ਹੈ, ਕਿਉਂਕਿ ਇਟਸ ਅ ਕਰੋਨਾ ਟਾਈਮ ਅਤੇ ਕਰੋਨਾ ਵਾਇਰਸ ਦਾ ਕਹਿਰ ਸਾਰੇ ਕਿਤੇ ਜਾਰੀ ਹੈਗਾ ਆ, ਅਤੇ ਕੈਨੇਡਾ ਦੇ ਵਿੱਚ ਵੀ ਹੁਣ ਇਹ ਆਪਣਾ ਅਸਰ ਦਿਖਾ ਰਿਹਾ ਹੈਗਾ ਆ, ਕਿੰਨੀਆਂ ਮੌਤਾਂ ਹੋ ਚੁੱਕੀਆਂ ਨੇ ਅਤੇ ਨਾਲ ਨਾਲ ਬਹੁਤ ਸਾਰੇ ਲੋਕਾਂ ਦੇ ਵਿੱਚ ਆਈਡੈਂਟੀਫਾਈ ਕੀਤਾ ਗਿਆ ਕਰੋਨਾ ਵਾਇਰਸ, ਅਤੇ ਸੈਲਫ ਆਈਸੋਲੇਸ਼ਨ ਜ਼ਰੂਰੀ ਹੈਗੀ ਆ ਆਪਣੇ ਲਈ ਵੀ, ਆਪਣੀ ਫੈਮਿਲੀ ਦੇ ਲਈ ਵੀ ਅਤੇ ਸੋਸਾਇਟੀ ਦੇ ਲਈ ਵੀ, ਅਤੇ ਇਸੇ ਕਰਕੇ 14 ਦਿਨ ਹਰ ਕੋਈ ਡਿਪਰੈਸ਼ਨ ਦੇ ਵਿੱਚ ਜਾ ਰਿਹਾ ਹੈਗਾ ਆ, ਇਹ 14 ਦਿਨ ਘਰ 'ਚ ਕਿਵੇਂ ਲੰਘਣਗੇ? ਪਹਿਲਾਂ ਤਾਂ ਅਸੀਂ ਸੋਚਦੇ ਹੁੰਦੇ ਸੀ ਕਿ ਕਦੋਂ ਟਾਈਮ ਆਏਗਾ ਕਿ ਅਸੀਂ ਆਪਣੇ ਘਰਦਿਆਂ ਨਾਲ, ਆਪਣੇ ਬੱਚਿਆਂ ਦੇ ਨਾਲ, ਆਪਣੇ ਆਪ ਨਾਲ ਟਾਈਮ ਬਿਤਾਈਏ, ਅਤੇ ਹੁਣ ਉਹ ਟਾਈਮ ਆ ਗਿਆ ਹੈਗਾ ਤਾਂ ਅਸੀਂ ਇਹਦਾ ਫਾਇਦਾ ਉਠਾ ਸਕਦੇ ਹਾਂ। ਸਭ ਤੋਂ ਪਹਿਲਾਂ ਸਾਨੂੰ ਕੀ ਲੋੜ ਹੈ ਕਰਨ ਦੀ? ਪੋਜ਼ਿਟਿਵ ਰਹਿਣ ਦੀ ਲੋੜ ਹੈਗੀ ਹੈ, ਅਤੇ ਨਾਲ ਨਾਲ ਸਾਰਿਆਂ ਨੂੰ, ਸਾਰਿਆਂ ਦੇ ਵਿੱਚ ਪੋਜ਼ਿਟਿਵਿਟੀ ਲੈ ਕੇ ਆਉਣ ਦੀ ਲੋੜ ਹੈਗੀ ਹੈ ਕਿ ਇਹ ਜੋ ਮਾੜਾ ਟਾਈਮ ਹੈ, ਓਬਵੀਅਸਲੀ ਇਹ ਗੁਜ਼ਰ ਜਾਏਗਾ, ਪਰ ਇਹਨੂੰ, ਇਹਦੇ ਵਿੱਚ, ਇਸ ਟਾਈਮ ਦੇ ਵਿੱਚ ਸਾਨੂੰ ਪੋਜ਼ਿਟਿਵ ਰਹਿਣ ਦੀ ਲੋੜ ਹੈਗੀ ਹੈ, ਪ੍ਰੋਡਕਟਿਵ ਹੋਣ ਦੀ ਲੋੜ ਹੈਗੀ ਹੈ, ਕਿਉਂਕਿ ਜਦੋਂ ਅਸੀਂ ਪਹਿਲਾਂ ਸੋਚਦੇ ਹੁੰਦੇ ਸੀ ਕਿ ਕਦੋਂ ਟਾਈਮ ਆਏਗਾ, ਅਤੇ ਹੁਣ ਇਹਨਾਂ 14 ਦਿਨਾਂ ਦੇ ਵਿੱਚ ਉਸ ਟਾਈਮ ਨੂੰ ਅਸੀਂ ਫੀਲ ਕਰ ਸਕਦੇ ਹਾਂ, ਅਹਿਸਾਸ ਕਰ ਸਕਦੇ ਹਾਂ, ਕਿਉਂਕਿ ਬੱਚਿਆਂ ਨੂੰ ਸਕੂਲਾਂ ਤੋਂ ਛੁੱਟੀਆਂ ਹੋ ਗਈਆਂ ਨੇ, ਅਤੇ ਹੋਰ ਵੀ ਜੋ ਕਮਿਊਨਿਟੀ ਦੇ ਵਿੱਚ ਲਾਇਬ੍ਰੇਰੀਜ਼ ਨੇ, ਪੂਲਸ ਨੇ, ਉਹ ਬੰਦ ਹੋ ਗਏ ਨੇ, ਅਤੇ ਸਾਰਾ ਟਾਈਮ ਘਰ ਦੇ ਵਿੱਚ ਆਫਕੋਰਸ ਜਿਹੜੇ ਕੰਮ ਕਰਦੇ ਨੇ ਘਰੋਂ ਬਾਹਰ ਓਬਵੀਅਸਲੀ ਜਾਂਦੇ ਨੇ, ਕੰਮ 'ਤੇ ਜਾਂਦੇ ਨੇ, ਅਤੇ ਉਹਨਾਂ ਦੇ ਲਈ ਥੋੜ੍ਹਾ ਜਿਹਾ ਹਾਰਡ ਟਾਈਮ ਹੈ ਇਹ 14 ਦਿਨ, ਕਿ ਕਿਵੇਂ ਕਰਨੇ ਨੇ ਇਹ 14 ਦਿਨ, ਇਹ ਵੀਕ, 2 ਤੋਂ 3 ਵੀਕ ਵੀ ਹੋ ਸਕਦੇ ਨੇ, ਜ਼ਿਆਦਾ ਟਾਈਮ ਦੇ ਲਈ ਵੀ ਇਹ ਅਸਰ ਹੋ ਸਕਦਾ, ਸ਼ਟਡਾਊਨ ਵੀ ਹੋ ਸਕਦਾ। ਪੈਨਿਕ ਸਭ ਤੋਂ ਪਹਿਲਾਂ ਹੋਣ ਦੀ ਲੋੜ ਨਹੀਂ ਹੈਗੀ, ਕਿ ਪੈਨਿਕ ਅਸੀਂ ਸਭ ਤੋਂ ਜ਼ਿਆਦਾ ਹੋ ਰਹੇ ਹਾਂ, ਗਰੋਸਰੀ ਇਕੱਠੀ ਕਰ ਰਹੇ ਹੈਗੇ ਹਾਂ, ਟੋਇਲਟ ਪੇਪਰ ਰਨ ਆਊਟ ਹੋ ਗਏ ਹੈਗੇ ਆ, ਸੋ ਉਹ ਚੀਜ਼ਾਂ ਨੂੰ ਸਾਨੂੰ ਕੰਟਰੋਲ ਦੇ ਵਿੱਚ ਰੱਖਣ ਦੀ ਲੋੜ ਹੈਗੀ ਹੈ। ਸੋ ਮੈਂ ਵੀ ਸਾਰਿਆਂ ਦੀ ਤਰ੍ਹਾਂ 14 ਦਿਨ ਘਰ ਦੇ ਵਿੱਚ ਹਾਂ, ਅਤੇ ਵਰਕ ਫਰੋਮ ਹੋਮ ਜਿੰਨਾ ਕੁ ਹੋ ਸਕਦਾ ਹੈ ਘਰੋਂ ਕਰ ਰਹੇ ਹਾਂ, ਪਰ ਇੰਨਾ ਜ਼ਿਆਦਾ ਘਰੋਂ ਕੰਮ ਨਹੀਂ ਹੁੰਦਾ, ਘਰੇ ਤੁਸੀਂ ਆਪਣੇ ਆਪ ਨਾਲ ਟਾਈਮ ਸਪੈਂਡ ਕਰ ਸਕਦੇ ਹਾਂ, ਆਪਣੇ ਬੱਚਿਆਂ ਦੇ ਨਾਲ, ਆਪਣੇ ਪੇਰੈਂਟਸ ਨਾਲ ਟਾਈਮ ਸਪੈਂਡ ਕਰ ਸਕਦੇ ਹਾਂ, ਜਿੰਨਾ ਲੋਕਾਂ ਨੂੰ ਗਾਰਡਨਿੰਗ ਪਸੰਦ ਹੈਗੀ ਹੈ ਗਾਰਡਨਿੰਗ ਕਰ ਸਕਦੇ ਹਾਂ, ਕੁਕਿੰਗ ਪਸੰਦ ਹੈਗੀ ਹੈ ਕੁਕਿੰਗ ਕਰ ਸਕਦੇ ਹਾਂ, ਸੋ ਬਹੁਤ ਸਾਰੀਆਂ ਐਕਟੀਵਿਟੀਜ਼ ਨੇ ਜਿਹੜੀਆਂ ਘਰੇ ਰਹਿ ਕੇ ਹੋ ਸਕਦੀਆਂ ਨੇ, ਅਤੇ ਇਸ ਟਾਈਮ ਦੇ ਵਿੱਚ ਲੋੜ ਹੈਗੀ ਹੈ ਸਭ ਤੋਂ ਜ਼ਿਆਦਾ ਸੋਸ਼ਲ ਮੀਡੀਆ 'ਤੇ ਜੋ ਮੈਸੇਜ ਆ ਰਹੇ ਨੇ ਉਹਨਾਂ ਨੂੰ ਅਵੋਇਡ ਕਰਨ ਦੀ, ਕਿਉਂਕਿ ਬਹੁਤ ਸਾਰੇ ਮੈਸੇਜ, ਬਹੁਤ ਸਾਰੀਆਂ ਵੀਡੀਓਜ਼ ਫੇਕ ਬਣ ਕੇ ਆ ਰਹੀਆਂ ਨੇ, ਇਸ ਟਾਈਮ ਦੇ ਵਿੱਚ ਵੀ ਫੇਕ ਵਿਊ ਹੋ ਰਹੇ ਨੇ, ਲੋਕਾਂ ਨੂੰ ਪਬਲਿਸਿਟੀ ਮਿਲ ਰਹੀ ਹੈ, ਪਰ ਸਭ ਤੋਂ ਜ਼ਿਆਦਾ ਲੋੜ ਹੈਗੀ ਹੈ ਉਹਨਾਂ ਚੀਜ਼ਾਂ ਨੂੰ ਇਗਨੋਰ ਕਰਨ ਦੀ। ਅਸੀਂ ਜੇ ਉਹਨਾਂ ਚੀਜ਼ਾਂ ਨੂੰ ਇਗਨੋਰ ਕਰਾਂਗੇ, ਅਸੀਂ ਇੱਕ ਦੂਜੇ ਦੀਆਂ ਕਈਆਂ ਗੱਲਾਂ 'ਤੇ ਵਿਸ਼ਵਾਸ ਨਹੀਂ ਕਰਾਂਗੇ, ਕਿਉਂਕਿ ਬਹੁਤ ਸਾਰੀਆਂ ਅਫਵਾਹਾਂ ਫੈਲ ਰਹੀਆਂ ਨੇ, ਸੋ ਉਹਨਾਂ ਅਫਵਾਹਾਂ ਤੋਂ ਬਚਣ ਦੀ ਲੋੜ ਹੈਗੀ ਹੈ, ਅਤੇ ਨਾਲ ਨਾਲ ਜੋ ਵੀ ਚੀਜ਼ ਗੌਰਮੈਂਟ ਵੱਲੋਂ ਆ ਰਹੀ ਹੈ, ਕੋਈ ਵੀ ਸਟੇਟਮੈਂਟ ਗੌਰਮੈਂਟ ਵੱਲੋਂ ਆ ਰਹੀ ਹੈ, ਸਿਰਫ ਉਹ ਸਹੀ ਹੈ, ਬਾਕੀ ਸਾਰੀਆਂ ਅਫਵਾਹਾਂ ਤੋਂ ਬਚਣ ਦੀ ਲੋੜ ਹੈ, ਕਿਉਂਕਿ ਇਹ ਹਾਰਡ ਟਾਈਮ ਹੈ, ਇਸ ਹਾਰਡ ਟਾਈਮ 'ਤੇ ਲੋੜ ਹੈਗੀ ਹੈ ਸਹੀ ਗੱਲ 'ਤੇ ਯਕੀਨ ਕਰਨ ਦੀ, ਕਿਉਂਕਿ ਕਈ ਲੋਕ ਜਿਹੜੀਆਂ ਅਫਵਾਹਾਂ ਦੇ ਨਾਲ, ਡਰ ਦੇ ਨਾਲ ਹੀ ਆਪਣੇ ਆਪ ਨੂੰ ਬਿਮਾਰੀ ਲਗਾ ਰਹੇ ਨੇ, ਸੋ ਸ਼ਟਡਾਊਨ ਜੇ ਹੋ ਗਿਆ ਜਾਂ ਹੁਣ ਅੱਗੇ ਵਰਸ ਟਾਈਮ ਆ ਗਿਆ, ਉਹਦੇ ਲਈ ਸਭ ਤੋਂ ਜ਼ਿਆਦਾ ਜ਼ਰੂਰੀ ਚੀਜ਼ਾਂ ਨੇ ਕਿ ਆਪਣਾ ਧਿਆਨ ਰੱਖੋ, ਆਪਣੇ ਆਲੇ ਦੁਆਲੇ ਸਫਾਈ ਬਣਾਈ ਰੱਖੋ, ਅਤੇ ਆਪਣੇ ਵਾਸ਼ ਹੈਂਡ ਜਿਹੜੇ ਹੈਗੇ ਆ ਉਹ ਟਾਈਮ ਟੂ ਟਾਈਮ ਕਰਦੇ ਰਹੋ, ਤਾਂ ਕਿ ਜਿਹੜੇ ਤੁਹਾਡੇ ਨਾਲ, ਜੋ ਜਿੱਥੇ ਵੀ ਤੁਸੀਂ ਜਾ ਰਹੇ ਹੋ, ਜਦੋਂ ਤੁਸੀਂ ਜੇ ਕਿਤੇ ਕੋਈ ਬਾਹਰ ਵੀ ਜਾ ਰਿਹਾ, ਟ੍ਰੇਨ ਦੇ ਵਿੱਚ ਸਫ਼ਰ ਕਰ ਰਿਹਾ, ਬੱਸਿਸ ਦੇ ਵਿੱਚ ਸਫ਼ਰ ਕਰ ਰਿਹਾ, ਤਾਂ ਆਪਣੇ ਹੈਂਡ ਟਾਈਮ ਟੂ ਟਾਈਮ ਸੈਨੇਟਾਈਜ਼ ਕਰਦੇ ਰਹੋ, ਕਿਉਂਕਿ ਕਈ ਲੋਕ ਕਹਿੰਦੇ ਆ ਕਿ ਸੈਨੇਟਾਈਜ਼ਰ ਖਤਮ ਹੋ ਗਏ ਨੇ, ਤਾਂ ਵਾਸ਼ ਕਰਦੇ ਰਹੋ ਹੈਂਡਸ, ਸੋ ਸਫਾਈ ਬਣਾਈ ਰੱਖੋ, ਅਤੇ ਜ਼ਿਆਦਾ ਚੀਜ਼ਾਂ ਹੈਗੀਆਂ ਨੇ ਉਹਨਾਂ ਦੇ ਵਿੱਚ, ਜੇ ਤੁਸੀਂ ਘਰ ਦੇ ਵਿੱਚ ਆ ਤਾਂ ਪ੍ਰੋਡਕਟੀਵਿਟੀ ਬਣਾ ਕੇ ਰੱਖੋ, ਅਤੇ ਇਹ ਟਾਈਮ ਜਿਹੜਾ ਹੈਗਾ ਥੋੜ੍ਹੇ ਟਾਈਮ ਦੇ ਵਿੱਚ ਜਿਹੜਾ ਲੰਘ ਜਾਵੇਗਾ, ਸੋ ਪ੍ਰੇ ਕਰਦੇ ਹਾਂ ਅਸੀਂ ਸਾਰਿਆਂ ਦੇ ਲਈ ਕਿ ਹਰ ਕੋਈ ਠੀਕ ਠਾਕ ਹੋਵੇ, ਵਾਇਰਸ ਨਾ ਹੋਵੇ, ਜੋ ਇੰਡੀਆ ਦੇ ਵਿੱਚ ਘੁੰਮਣ ਗਏ ਹੋਏ ਨੇ ਜਾਂ ਕਿਸੇ ਹੋਰ ਦੇਸ਼ਾਂ ਦੇ ਵਿੱਚ ਘੁੰਮਣ ਗਏ ਹੋਏ ਨੇ, ਸੋ ਛੇਤੀ ਤੋਂ ਛੇਤੀ ਆਪਣੇ ਵਾਪਸ ਘਰ ਵਾਪਸ ਪਰਤਾਉਣ, ਤਾਂ ਕਿ ਆਪਣੇ ਇਸ ਟਾਈਮ ਦੇ ਵਿੱਚ ਆਪਣੀ ਫੈਮਿਲੀ ਦੇ ਨਾਲ ਰਲ ਕੇ ਅਤੇ ਆਪਣੀ ਫੈਮਿਲੀ ਦੇ ਵਿੱਚ ਬਿਤਾਇਆ ਜਾਵੇ, ਸੋ ਸਟੇ ਸੇਫ, ਬੀ ਸਟਰੋਂਗ, ਅਤੇ ਕਰੋਨਾ ਵਾਇਰਸ ਜਿਹੜਾ ਛੇਤੀ ਤੋਂ ਛੇਤੀ ਚਲਾ ਜਾਵੇਗਾ, ਸੋ ਇਹੀ ਕਹਿ ਸਕਦੇ ਹਾਂ ਕਿ ਜੇ ਘਰੇ ਹੈ ਤਾਂ ਬੀ ਪ੍ਰੋਡਕਟਿਵ, ਬੀ ਪੋਜ਼ਿਟਿਵ, ਸਟੇ ਸੇਫ, ਸਟੇ ਸਟਰੋਂਗ। ਖੁਦ ਨੂੰ ਰੱਖੋ ਬੇਹੱਦ ਸਾਫ, ਦੂਜੇ ਤੇ ਨਾ ਪਾਓ ਮੂੰਹ ਦੀ ਭਾਫ, ਖਾਂਸੀ ਜ਼ੁਕਾਮ ਤੇ ਵੀ ਜਾਓ ਡਾਕਟਰ ਕੋਲ, ਘੱਟ ਲੋਕਾਂ ਨਾਲ ਬਣਾਓ ਮੇਲ ਜੋਲ, ਦੂਰੀ ਵਿੱਚ ਹੀ ਪਿਆਰ ਹੈ, ਅਹਤਿਆਤ ਹੈ ਤਾਂ ਸੰਸਾਰ ਹੈ, ਕਰੋਨਾ ਮਤਲਬ ਮੌਤ ਨਹੀਂ,
ध्यान रखने च खोट नहीं। एवें जोंदे जी ना मरिए, आओ डरिए नहीं लड़िए।